ਕਰਨਪੁਰ ਲਵੀ ਮੈਚ ਆ ਵੀ ਬਹੁਤ ਚੋਟੀ ਦਾ ਖੇਡਿਆ ਜਾਊਗਾ ਮੋੜ ਤੇ ਨਹੀਂ ਆਈ ਵੀਰੇ ਮੋੜ ਤੇ ਨਹੀਂ ਆਈ ਦੀ ਤਾੜੀ ਜ਼ਰੂਰ ਮਾਰ ਦੋ ਜਿੰਨੀ ਵੀ ਸੰਗਤ ਹੈ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਭਰਾ ਪਹੁੰਚੇ ਅੱਜ ਦੇ ਇਸ ਖੇਡ ਟੂਰਨਾਮੈਂਟ ਨੂੰ ਖੇਡਣ ਦੇ ਲਈ ਵੇਖਣ ਦੇ ਲਈ ਇਕੱਲੇ ਇਕੱਲੇ ਵੀਰ ਦਾ ਮੈਂ ਦਿਲੋਂ ਧੰਨਵਾਦ ਕਰਾਂਗਾ ਲਾਊਟਾਂ ਦੇ ਬਹੁਤ ਤਕੜਾ ਮੈਚ ਲੱਗਣਾ ਸ਼ੇਅਰ ਕਰ ਦਿਓ ਬਈ ਪਾਸੇ ਲੰਘਿਆ ਉਹਦੀ ਟੀਮ ਦੇ ਲਈ ਹੈ ਸੈਂਟਰ ਦੇ ਕਹਿੰਦੇ ਮੱਲੇ ਵਾਲੇ ਪਿੰਡ ਦਾ ਰਿੰਕੂ ਖੇਡਦਾ ਹੈ ਇਹ ਵੀ ਮੁੰਡੇ ਵੀ ਕਹਿੰਦੇ ਖੇਡ ਬੜੀ ਨਿਰਾਲੀ ਹੈ ਤੇ ਨਾਲ ਮੈਂ ਤੱਕ ਰਿਹਾ ਵੀ ਹੈ ਗਿੱਦੀ ਦਾ ਲਾਲਿਆਂ ਵਾਲੀ ਪਿੰਡ ਬੋਲਦਾ ਹੈ ਆਊਟਾਂ ਦੇ ਭਾਦਰਕੜੀਆ ਬੱਲੇ 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 ਵਾਹ ਨਹੀਂ ਨਹੀਂ ਵੀਰੇ ਸੱਦੇ ਪੱਤਰ ਵਾਲੀਆਂ ਟੀਮਾਂ ਜੀ ਪਾਸੇ ਰਿੰਕੂ ਆ ਉਧਰ ਬਹਾਦਰ ਗੜੀਆ ਕੱਲ ਖੇਡੀਆਂ ਲੋਕਲ ਟੀਮਾਂ ਕੱਲ ਖੇਡੀਆਂ ਨੇ ਰੋਲ ਤੇ ਬਈ ਵੱਡਿਆਂ ਬੱਲਾਂ ਵੀ ਕਰਦੇ ਅੱਜ ਸਿਰਫ ਦੋ ਵਾਰ ਉਹਦੇ ਇਨਵਾਈਟਡ ਸੈੱਟ ਨਾਲ ਨੰਦਗੜ ਦਾ ਕਹਿੰਦੇ ਜੱਸਾ ਆਇਆ ਹੋਇਆ ਹੈ ਔਰ ਲੋਕੀ ਗੱਲਾਂ ਕਰਦੇ ਵੀ ਗਲਤੀ ਬਹੁਤ ਘੱਟ ਕਰਦਾ ਨੰਦਗੜ ਵਾਲਾ ਜੱਸਾ ਤੇ ਨਾਲ ਇੱਕ ਪਾਸੇ ਸੱਜਣ ਹੈ ਸ਼ਹਾਰਨਪੁਰੀਆ ਖੇਡਦੇ ਕਹਿੰਦੇ ਔਰ ਸ਼ਿਵਮ ਖੇਡਦਾ ਹੈ ਵਧੀਆ ਕਹਿੰਦੇ ਟੀਮ ਬਣਾ ਕੇ ਲੈ ਕੇ ਆਏ ਚੱਲੇ ਆ ਮੈਂ ਸਕੋਰ ਦੱਸੀ ਜਾਵਾਂਗੇ ਬਈ ਸ਼ੇਅਰ ਕਰੀ ਜਰੋ ਜੀ ਆਪਣੀ ਟੀਮ ਦੇ ਦੂਜੇ ਪਾਸੇ ਔਰ ਕਹਿੰਦੇ ਸਹਾਰਨਪੁਰ ਵਾਲੇ ਮੁੰਡੇ ਆਏ ਹੋਏ ਆਪਣੇ ਕੋਲ ਯੂਪੀ ਦੀ ਟੀਮ ਹੈ ਵੱਡਾ ਮੈਚ ਕਹਿੰਦੇ ਖੇਡ ਦੇ ਮੈਦਾਨ ਵਿੱਚ ਖੇਡਿਆ ਜਾ ਰਿਹਾ ਹੈ ਵੀ ਖੇਡ ਦੇ ਮੈਦਾਨ ਵਿੱਚ ਖਿੱਚਦੀ ਲਕੀਰ ਤੇ ਹੁਣ ਪਤਾ ਲੱਗੋ ਕਿਹਦਾ ਤਕੜਾ ਸਰੀਰ ਤੇ ਬਾਲ ਆਊਟ ਪਹਿਲਾ ਨੰਬਰ ਕਹਿੰਦੇ ਲੰਘਿਆਂ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ ਹੈ ਇੱਕ ਤੇ ਜ਼ੀਰੋ ਦੀ ਟੱਕਰ ਹੈ ਹਰ ਨਾਲ ਹੀ ਅਗਲਾ ਮੈਚ ਮੇਰਾ ਵੀਰ ਬਣ ਕੇ ਜ਼ਰੂਰ ਦੱਸ ਦਿਆ ਕਰੋ ਤਾਂ ਜੋ ਟੀਮਾਂ ਨੂੰ ਆਪਾਂ ਆਵਾਜ਼ ਮਾਰਦੇ ਰਹੀਏ ਉਹ ਨੇੜੇ ਹੋ ਜਾ ਕਰਨ ਮੁੰਡੇ ਬਹੁਤ ਬਹੁਤ ਧੰਨਵਾਦ ਸਰ ਦੋ ਤਿੰਨ ਪਾਲੀ ਹੋ ਗਏ ਕੈਮਰੇ ਸਾਹਮਣੇ ਵੀਰੇ ਲਹਿੰਗੇ ਵਾਲੀ ਟੀਮਾਂ ਜੀ ਦੱਸੇ ਵਰਗੇ ਸਾਰੇ ਆਏ ਵੇ ਵੀਰੇ ਦੱਸੇ ਜੋਟੀ ਵਰਗੇ ਰਵੀ ਦਾ ਮੈਚ ਰਿੰਕੂ ਮੱਲਿਆ ਨਾ ਵੀਰੇ ਜੀਰੋ ਇੱਕ ਸਕੋਰ ਆ ਜੀ ਜੀਰੋ ਇੱਕ ਸਕੋਰ ਆ ਜੀ ਖਿਡਾਰੀ ਵੀਰ ਆਏ ਹੋਏ ਵੀਰੇ ਚਾਹ ਪਾਣੀ ਜ਼ਰੂਰ ਛਕ ਲਓ ਮੇਰਾ ਵੀਰ ਜੀਰੋ ਤੇ ਇੱਕ ਦੀ ਟੱਕਰ ਆ ਬਈ ਇੱਕ ਦੀ ਟੱਕਰ ਆ ਪਹਿਲਾ ਨੰਬਰ ਜੋੜਨ ਦੇ ਲਈ ਮੁੰਡੇ ਕਹਿੰਦੇ ਤਿਆਰ ਪਰ ਤਿਆਰ ਨੇ ਖੇਡ ਦੇ ਮੈਦਾਨ ਦੇ ਵਿੱਚ ਪਰ ਮੱਲੇ ਵਾਲੀਆ ਕਹਿੰਦੇ ਰਿੰਕੂ ਆਓ ਕਹਿੰਦੇ ਨਾ ਪਿੰਡਾਂ ਦੇ ਵਿੱਚ ਜਦੋਂ ਜਦੋਂ ਖੇਡਦਾ ਤੇ ਗੱਭਰੂ ਦਾ ਪ੍ਰਦਰਸ਼ਨ ਜਿਹੜਾ ਦੇਖਣ ਵਾਲਾ ਹੁੰਦਾ ਹੈ ਕਰੀ ਚਲੋ ਸ਼ੇਅਰ ਵੀਰੇ ਐਂਡ ਮੈਚ ਹੀ ਲੱਗਣਾ ਐਂਡ ਮੈਚ ਬਈ ਤੇ ਕਹਿੰਦੇ ਕਮਾਲ ਹੀ ਹੁੰਦੀ ਆ ਆਹ ਬੰਦੇ ਵਾਹ ਮੁੰਡਿਆ ਇਹ ਆ ਸਿਵਮ ਪਾਸੇ ਕਹਿੰਦੇ ਸ਼ਿਵਮ ਕਮਾਲ ਕਰ ਗਿਆ ਜੇ ਉਹ ਮਤਲਬ ਬਾਲ ਕੱਢਦਾ ਹੈ ਜੇ ਨੈਟ ਦੇ ਮਤਲਬ ਬਾਲ ਕੱਢਦੇ ਜੇ ਨੈਟ ਦੇ ਜੇ ਹੱਥ ਲੱਗੇ ਤਾਂ ਫਾਉਲ ਹੈ ਨਹੀਂ ਉਹ ਕਮੇਟੀ ਵਾਲਾ ਕਮੇਟੀਆਂ ਨੂੰ ਪੁੱਛ ਮੇਰਾ ਵੀ ਕਿੱਥੇ ਆ ਮੁੰਡੇ ਦੀਪ ਵਰਗੇ ਬਾਈ ਦੀਪ ਆਓ ਖੜਿਆ ਆ ਪੁੱਛਣਾ ਮੇਰਾ ਵੀ ਜੱਸਾ ਆਇਆ ਵੀਰੇ ਬਿਲਕੁਲ ਆਇਆ ਜੀ ਬਾਈ ਮੈਚ ਕਮੇਟੀ ਨੂੰ ਪਤਾ ਕਿਹਦਾ ਕਦੋਂ ਕਰਾਉਣਾ ਵੀਰੇ ਆਪਾਂ ਨੂੰ ਸਿਰਫ ਅਗਲਾ ਮੈਚ ਪਤਾ ਲੱਗਦਾ ਜੀ ਅਗਲਾ ਮੈਚ ਅਜੇ ਬੋਲੇ ਨਹੀਂ ਉਹ ਕਮੇਟੀ ਨੂੰ ਪਤਾ ਹੁੰਦਾ ਵੀਰੇ ਕਿਹਦਾ ਮੈਚ ਕਦੋਂ ਕਰਾਉਣਾ ਜੀ ਜੱਸੇ ਦਾ ਮੈਚ ਕਮੇਟੀ ਦੱਸੂ ਵੀਰੇ ਜਦੋਂ ਅਨਾਊਂਸ ਹੋ ਗਿਆ ਫਿਰ ਤੁਹਾਨੂੰ ਆਪਾਂ ਦੱਸ ਦਿਆਂਗੇ ਕਿਉਂਕਿ ਇੱਕੋ ਹੀ ਗਰਾਊਂਡ ਆ ਕੋਈ ਇਹ ਤਾਂ ਹੈ ਨਹੀਂ ਵੀ ਦੋ ਤੇ ਮੈਚ ਹੋਣਾ ਜਾਂ ਤਿੰਨ ਤੇ ਹੋਣਾ ਮੈਂ ਸਰ ਇੱਕ ਨੰਬਰ ਗਰਾਊਂਡ 'ਤੇ ਹੋਣਗੇ 12 ਟੀਮ ਐਂਟਰ ਆ ਜੀ ਦੂਜਾ ਮੈਚ ਚੱਲ ਪਿਆ ਪ੍ਰੈਕਟਿਸ ਬੜੀ ਮਿਹਨਤ ਬੜੀ ਹੈ ਮੁੰਡੇ ਹਰ ਸ਼ੇਰੂ ਆਇਆ ਪਰ ਖੇਡਦਾ ਨਹੀਂ ਵੀਰੇ ਉਂਗਲੀ ਦੇ ਫ੍ਰੈਕਚਰ ਆ ਸ਼ੇਰੂ ਦੇ ਇਹ ਵੀ ਰਾਉਂਡ 1-1 ਹੀ ਆ ਨਾ ਇੱਕ ਬਰਾਬਰ ਸਕੋਰ ਆ ਬਹੁਤ ਟੌਪ ਦਾ ਮੈਚ ਆ ਵੀਰੇ ਇੱਕ ਬਰਾਬਰ ਜਿਵੇਂ ਜਿਵੇਂ ਚੱਲੂਗਾ ਅੱਗੇ ਵੱਲ ਨੂੰ ਤੇ ਕਹਿੰਦੇ ਗੱਲਾਂ ਹੋਣਗੀਆਂ
ਇੱਕ ਇੱਕ ਦੀ ਬਰਾਬਰੀ ਹੈ, ਪਰ ਸਾਹਮਣੇ ਡਿੱਟ ਵਾਲਾ ਖਿਡਾਰੀ ਗਲਤੀ ਕਰ ਗਿਆ ਹੈ। ਹਰ ਸਫਲਤਾ ਜਿਹੜੀ ਉਹ ਸਹਾਰਨਪੁਰ ਯੂਪੀ ਦੀ ਟੀਮ ਦੇ ਖਾਤੇ ਵਿੱਚ ਜਾਣ ਜੁੜੀ ਹੈ। ਜਿੰਨੇ ਵੀ ਖਿਡਾਰੀ ਵੀਰ ਆਏ ਹੈ, ਸਾਰੇ ਵੀਰਾਂ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਜਿਹੜਾ ਸਿਰ ਮੱਥੇ ਆ, ਇਕੱਲੇ ਇਕੱਲੇ ਵੀਰ ਦਾ ਮੈਂ ਤੇ ਦਿਲੋਂ ਧੰਨਵਾਦ ਕਰਾਂਗਾ। ਲਓ ਸਾਹਮਣੇ ਇੱਕ ਬਰਾਬਰ ਆ ਵੀਰੇ, ਇੱਕ ਬਰਾਬਰ ਬਹੁਤ ਟੌਪ ਦਾ ਮੈਚ ਆ ਜੀ। ਗੱਭਰੂ ਕਹਿੰਦੇ ਜੱਸਾ ਦੇ ਸੱਜਣ ਚੜੇ ਆ ਜਵਰੇ, ਮੁੱਲ ਪੈਣ ਸ਼ਰੀਰਾਂ ਦੇ ਤੇ ਜਿਹੜੇ ਲੌਂਡੇ ਸੋਡੂ ਨਹੀਂ ਆਇਆ ਵੀਰੇ, ਸੋਡੂ ਨਹੀਂ ਖੇਡਦਾ ਜੋਰ ਜਵਾਨਾਂ ਦਾ, ਮਨੂੰ ਜੱਸਾ ਆਨੰਦਗੜ੍ਹ ਵਾਲਾ ਦੂਜਾ ਰਵੀ ਨਾ ਵੀਰੇ ਲੁੱਟ ਗਏ ਆ ਜੱਸਾ ਆਨੰਦਗੜ੍ਹ ਵਾਲੇ ਘੋੜੇ ਨੇ, ਉਹ ਕਰ ਹੀ ਜਾਂਦੇ ਨੇ ਮਨਮਾਨੀ ਤੇ ਰਾਜੇ ਖੇਲੇ ਹੱਟ ਪਾਸੇ ਆ, ਲੁੱਡੀਆਂ ਪਾਉਂਦੀ ਫਿਰੇ ਜਵਾਨੀ ਹੈ, ਰਾਜੇ ਖੇਲੇ ਹੱਟ ਪਾਸੇ ਆ, ਲੁੱਡੀਆਂ ਪਾਉਂਦੀ ਫਿਰੇ ਜਵਾਨੀ ਹੈ। ਨੰਬਰ ਕਹਿੰਦੇ ਦੂਜਾ ਜੁੜ ਗਿਆ ਲਹਿੰਗਿਆਂ ਦੋ ਇੱਕ ਹੋ ਗਏ ਵੀਰੇ, ਦੋ ਰੇਕੂ ਇੱਕ ਰਵੀ, ਲਹਿੰਗਿਆਂ ਵਾਲੀ ਮੁੰਡੇ ਵੀ ਹੈ, ਉਹ ਪ੍ਰੈਕਟਿਸ ਦੇ ਵਿੱਚ ਆ, ਬੜੀ ਮਿਹਨਤ ਹੈ ਮੁੰਡਿਆਂ ਦੀ ਹੈ ਤੇ ਆ ਮੈਚ ਬੜਾ ਤਗੜਾ ਲੱਗਣਾ। ਉਹ ਦੂਜੇ ਪਾਸੇ ਬਹਾਦਰ ਗੜੀਆਂ ਕਹਿੰਦੇ ਰਵੀ ਹੈ, ਦੁਨੀਆਂ ਦਾ ਮਹਿੰਗੇ ਮੁੱਲ ਦਾ ਖਿਡਾਰੀ ਹੈ, ਚਹੇਤਾ ਖਿਡਾਰੀ ਲੋਕਾਂ ਦਾ, ਜਿੱਥੇ ਜਿੱਥੇ ਰਵੀ ਖੇਡਿਆ ਤੇ ਲੋਕਾਂ ਦਾ ਪਿਆਰ ਸਤਿਕਾਰ ਖੱਟਿਆ ਕਹਿੰਦੇ ਬਹਾਦਰ ਗੜੀਏ ਰਵੀ ਨੇ। ਅੱਜ ਵੀ ਵੀਰ ਸਾਡਾ ਆਇਆ ਹੈ ਤੇ ਸੈੱਟ ਕਹਿੰਦੇ ਟੋਟੀ ਦਾ ਬਣਿਆ ਹੋਇਆ ਹੈ, ਪਰ ਲਹਿੰਗੇ ਵਾਲੀ ਦੀ ਟੀਮ ਦੇ ਲਈ ਹੈ। ਉਹ ਕਹਿੰਦੇ ਰਿੰਕੂ ਦੇ ਕਿੰਨੀ ਖੇਡਦੇ ਅੱਜ ਵੱਡਿਆਂ ਖਿਡਾਰੀਆਂ ਦੇ ਵਿੱਚ, ਜੇਕਰ ਹੁੰਦਾ ਮੇਰੇ ਮਿੱਤਰੋ ਉਧਰ ਰਵੀ ਦੇ ਜੱਸਾ ਆਨੰਦਗੜ੍ਹ ਵੀਰੇ, ਰਵੀ ਦੇ ਜੱਸਾ ਆਨੰਦਗੜ੍ਹ ਪਰਲੇ ਪਾਏ ਸਹਾਰਨਪੁਰ ਚ, ਤਿੰਨ ਲਹਿੰਗੇ ਵਾਲਾ ਰਿੰਕੂ ਦੇ, ਤਿੰਨ ਰਵੀ ਦਾ, ਇੱਕ ਵੀਰੇ ਜੱਸੇ ਦਾ ਮੈਚ ਅਜੇ ਰਹਿੰਦਾ ਵੀਰੇ। ਅਗਲਾ ਮੈਂ ਪੁੱਛ ਕਿਹਦਾ ਕਰਨੀ, ਮੈਂ ਨੇੜੇ ਹੋਣਗੀਆਂ ਦਰਸ਼ਾ ਚਲ ਸਾਡਾ ਚੇਂਜ ਹੋ ਲੈਂਦੇ ਚੱਲ। ਹਾਂਜੀ ਹਾਂਜੀ ਬਿਲਕੁਲ ਵਿੱਕੀ ਵੀਰੇ, ਚਾਰ ਤੇ ਇੱਕ ਦਾ ਮੁਕਾਬਲਾ ਹੈ। ਛੋਟੂ ਨਹੀਂ ਆਇਆ ਵੀਰੇ, ਛੋਟੂ ਨਹੀਂ, ਜੱਸਾ ਆਨੰਦਗੜ੍ਹ ਆ ਵੀਰੇ ਰਵੀ ਨਾਲ ਦੂਜਾ ਪਲੇਅਰ ਜੀ। ਛੋਟੂ ਰਾਤ ਉਧਰ ਲੇਟ ਹੋ ਗਿਆ ਟੂਰਨਾਮੈਂਟ ਖੇਡਣ, ਜੈਪੁਰ ਨਾਲ ਗਿਆ ਸੀ ਵੀਰੇ, ਅੰਕਿਤ ਪਥਰੇੜੀ ਨਹੀਂ ਆਇਆ ਜੀ, ਸੱਤਾ ਨਹੀਂ ਆਇਆ ਜੀ, ਜੋਗੀ ਵਾਲਾ ਜਿੱਤ ਗਈ ਪਹਿਲਾ ਮੈਚ ਵੀਰੇ, ਪੰਜ ਇੱਕ ਹੋ ਗਿਆ ਵੀਰੇ, ਪੰਜ ਲਹਿੰਗੇ ਵਾਲਾ ਇੱਕ ਸਹਾਰਨਪੁਰ ਬਈ, ਆਪਣੇ ਪਿੰਡਾਂ ਦੀ ਟੀਮ ਹੈ, ਬਹੁਤ ਵਧੀਆ ਪ੍ਰਦਰਸ਼ਨ ਕਰੀ ਆਉਂਦੇ ਮੁੰਡੇ, ਪੰਜ ਦੇ ਇੱਕ ਦਾ ਮੁਕਾਬਲਾ ਹੈ। ਹਰ ਨੰਬਰ ਛੇਵਾਂ ਜੋੜਨ ਦੇ ਲਈ ਮੁੰਡੇ ਕਹਿੰਦੇ ਤਿਆਰ ਬਰ ਤਿਆਰ ਨੇ, ਲੈ ਵੀ ਮੰਮੇ ਵਾਲੀ ਆ ਜੇ ਬਾਲ ਮਾਰ ਕੇ ਨੰਬਰ ਜੋੜੇ ਹੈ, ਔਰ ਨੰਦਗੜ੍ਹ ਦੇ ਜੱਸੇ ਦੇ ਲਾਵੇ ਬਾਲ ਤੇ ਜਾਂ ਬਹਾਦਰਗੜ੍ਹ ਦੀ ਰਵੀ ਦੇ ਬੁੱਟਾਂ ਦੇ ਬਾਲ ਲੱਗੇ ਨੇ, ਤੈਨੂੰ ਤਾਂ ਮੰਨੀਏ ਹੈ, ਔਰ ਤੂੰ ਵੀ ਖੱਬੀ ਖਾਣ ਖਵਾਉਣਾ ਹੈ ਆਪਣੇ ਆਪ ਨੂੰ, ਔਰ ਜੇ ਬਾਲ ਮਾਰ ਕੇ ਨੰਬਰ ਜੋੜੇ ਤੇ ਤੈਨੂੰ ਤਿਆਰ ਤੇ ਉਹਦੀ ਜਿੱਤ ਹਮੇਸ਼ਾ ਦੋਸਤੋ, ਆਓ ਜਿਹੜਾ ਪਹਿਲਾਂ ਕਰਜੇ ਵਾਰ ਉਹਦੀ ਜਿੱਤ ਹਮੇਸ਼ਾ ਦੋਸਤੋ, ਬਈ ਜਿਹੜਾ ਆਓ ਪਹਿਲਾਂ ਕਰਜੇ ਵਾਰ, ਦੋਨੋਂ ਟੀਮਾਂ ਦੇ ਵਿੱਚ ਕਹਿੰਦੇ ਆ ਬੰਨੇ ਪ੍ਰਬੰਨੇ ਖਿਡਾਰੀ ਖੇਡਦੇ ਪਏ ਆ, ਪਰ ਜਿਹੜੇ ਕਿਸਮਤ ਦੇ ਧਨੀ ਹੋਣਗੇ, ਜਿਹੜੇ ਅੱਜ ਕਿਸਮਤ ਨੂੰ ਵੀ ਨਾਲ ਲੈ ਕੇ ਆਏ ਜਿੱਤ ਗਏ, ਤੇ ਮੁੰਡੇ ਕਹਿੰਦੇ ਉਹੀ ਅੱਜ ਦੇ ਉਸਕੇ ਟੂਰਨਾਮੈਂਟ ਦੇ ਜੇਤੂ ਬਣਨਗੇ, ਟੀਮਾਂ ਕਹਿੰਦੇ 12 ਸਦੀਆਂ ਵੀਰਾਂ ਨੇ, ਉਹ ਕਦੇ ਕਮਾਲ ਆ ਇਹ ਰਿੰਕੂ ਤੇ ਕਦੇ ਗਿੰਨੀ ਗਿੰਨੀ ਦੇ ਰਿੰਕੂ।
ਜੱਸਾ ਤੇ ਸਚਿਨ ਆ ਵੀਰੇ ਚਣਿਆਲ ਚ ਜੀ ਸਾਰੇ ਸੱਟੀ ਤਕੜੇ ਬਣੇ ਵੀਰੇ ਸਾਰੇ ਸੱਟ ਤਕੜੇ ਬਣੇ ਵੀ ਅੱਜ ਵਿੱਕੀ ਹਾਂਜੀ ਬਹਾਦਰਗੜ੍ਹ ਵਾਲਿਆ ਲੋਕਾਂ ਨੂੰ ਪਤਾ ਨੀ ਲੱਗਿਆ ਹਲੇ ਹੈ ਵੀ ਬਹਾਦਰਗੜ੍ਹ ਕਿਹੜੀ ਸ਼ਹਿਰ ਦਾ ਨਾਮ ਹੈ ਕੋਈ ਨਾ ਕੋਈ ਦੇ ਨਾਲ ਜਿਹੜੀ ਟਿਕਾਣੇ ਦੀ ਲਾਉਣੀ ਪੈਣੀ ਹੈ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨੀ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਨੀ ਹੱਥ ਆਉਂਦਾ ਦੁਬਈ ਕਲਾਲੇ ਵੱਲੋਂ ਜੇ ਰਵੀ ਅੱਜ ਬੈਸਟ ਰਹੇ ਤਾਂ 500 ਦੇਖੀ ਇੱਕ ਵਾਰੀ ਮੈਂ ਤੈਨੂੰ ਕਲਾਲਾ ਦੁਬਈ ਦੇਖਦਾ ਕਲਾਲਾ ਦੁਬਈ ਉਹ ਸਾਡਾ ਭਰਾ ਕਹਿੰਦਾ ਜੇ ਰਵੀ ਅੱਜ ਦੇ ਉਸਤੇ ਟੂਰਨਾਮੈਂਟ ਦਾ ਬੈਸਟ ਬਣਦਾ ਹੈ ਤੇ ਰਵੀ ਨੂੰ 500 ਦੇਵਾਂਗੇ ਆਪਾਂ ਆਓ ਬਹਾਦਰਗੜ੍ਹੀਆ ਰਵੀ ਦਾ ਪੈਰ ਜੋੜ ਗਿਆ ਤੇ ਬਾਈ ਆ ਇੱਕ ਵਾਰੀ ਰਵੀ ਨੂੰ ਅਗਲਾ ਮੈਚ ਬੋਲਣਗੇ ਵੀਰੇ ਵੇਟ ਕਰੋ ਜੀ ਬਹਾਦਰਗੜ੍ਹੀਆ ਰਵੀ ਆਓ ਕਹਿੰਦੇ ਓਏ ਚੱਲ ਪਿਆ ਬਹਾਦਰਗੜ੍ਹੀਆ ਤੇਰਾ ਨੰਬਰ ਚੌਥਾ ਜੋੜ ਗਿਆ 4-5 ਤੇ ਨੰਬਰ ਮੈਨੂੰ ਲੱਗਦਾ ਰਾਹੁਲ ਚੌਥਾ ਜੋੜ ਗਿਆ 4 ਤੇ 5 ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਬਰਾਬਰੀ ਦੀ ਟੱਕਰ ਆ ਉਹ ਸਾਹਮਣੇ ਮੁਕਾਬਲਾ ਕਹਿੰਦੇ ਹੋਰ ਬਰਾਬਰੀ ਤੇ ਆ ਗਿਆ ਜੇ 5-5 ਹੋ ਗਏ ਤੇ ਕਹਿੰਦੇ ਵੱਖਰਾ ਸਵਾਦ ਬਣ ਜੂਗਾ ਮੱਲੇ ਵਾਲੀਆ ਉਹ ਤੈਨੂੰ ਪਤਾ ਜੇ ਫੇਰ ਗਿਆ ਤੇ ਖੱਜਲ ਬਾਤ ਕਰੂਗਾ ਬਹਾਦਰਗੜ੍ਹੀਏ ਨੂੰ ਰੋਕਣਾ ਔਖਾ ਹੋ ਜਾਣਾ ਵੀ ਜੇ ਜੱਟ ਵਿਗੜ ਗਿਆ ਤੇ ਫਿਰ ਪਿੰਡੀਆਂ ਔਰ ਅੱਖਾਂ ਦੇ ਵਿੱਚ ਰੜਕੂਗਾ ਉਧਰ ਬਾਲ ਆਊਟ 5-4 ਫਿਰ ਅਗਲਾ ਮੈਚ ਦੱਸੋ ਜੀ ਕਿਹੜੀਆਂ ਟੀਮਾਂ ਦਾ ਕਰਵਾਉਣਾ ਆਪਾਂ ਨੇੜੇ ਕਰ ਲਾਂਗੇ ਤੁਹਾਨੂੰ ਆਪਣਾ ਕਿਹੜਾ ਪਿੰਡ ਆ ਪ੍ਰਦੀਪ ਵੀਰੇ ਅਗਲੀਆਂ ਟੀਮਾਂ ਮੇਰੇ ਸਿੰਘ ਆਪਣਾ ਪਿੰਡ ਦੱਸਿਓ ਕਿਹੜਾ ਵੀਰੇ ਕਰਾ ਦਿੰਨੇ ਨਾ ਜੀ ਬਰੂ ਵਾਲੀ ਤੇ ਬਾਈ ਜੀ ਬਰੂ ਵਾਲੀ ਤੇ ਰੋੜੀ ਦੀਆਂ ਟੀਮਾਂ ਇਸ ਤੋਂ ਬਾਅਦ ਤਿਆਰ ਬਰ ਤਿਆਰ ਰਹਿਣਗੀਆਂ ਜੀ ਅਗਲਾ ਮੈਚ ਬਰੂ ਵਾਲੀ ਤੇ ਰੋੜੀ ਦਾ ਵੀਰੇ ਰੋੜੀ ਇਹ ਮੁੰਡੇ ਇਸ ਤੋਂ ਬਾਅਦ ਫਿਰ ਤਿਆਰ ਬਰ ਤਿਆਰ ਰਹਿਣਗੇ ਬਾਈ ਉਰੇ ਆਈ ਮੜਾ ਜਾ ਜਿਹੜੀ ਰੋੜੀ ਦੀ ਟੀਮ ਆ ਵੀਰੇ ਕਿਹੜੀ ਟੀਮ ਆ ਉੱਥੇ ਜਿਹਨ ਜੌਂਟੀ ਨੇ ਖੇਡਣਾ ਉਹ ਟੀਮ ਹੈ ਜਿਹੜੀ ਜੌਂਟੀ ਨੇ ਖੇਡਣਾ ਜੌਂਟੀ ਇੱਕੋ ਹੀ ਟੀਮ ਰੋੜੀ ਦੀ ਜੌਂਟੀ ਵਾਲੇ ਜੌਂਟੀ ਦਾ ਮੈਚ ਆ ਗਿਆ ਵੀਰੇ ਬਰੂ ਵਾਲੀ ਸਰਸੇ ਨਾਲ ਜੀ ਜੌਂਟੀ ਨੇ ਖੇਡਣਾ ਰੋੜੀ ਚ ਵੀਰੇ ਅਗਲਾ ਮੈਚ ਰੋੜੀ ਜੌਂਟੀ ਨੇ ਖੇਡਣਾ ਜੌਂਟੀ ਤੇ ਲਾਡੀ ਨੇ ਰੋੜੀ ਚ ਬਈ ਵਾਹ ਬਾਈ ਵਾਹ ਬਰੂ ਵਾਲੀ ਨਾਲ ਅਗਲਾ ਮੈਚ ਬੱਲੇ ਵਾਲੀ ਰਿੰਕੂ ਨੇ ਕਮਾਲ ਦਾ ਪੁਆਇੰਟ ਜੋੜ ਦਿੱਤਾ ਜੀ ਆਲ ਓਕੇ ਵੀਰੇ ਦਿਲ ਸਾਹਿਬ ਬਰੂ ਵਾਲੀ ਤੇ ਰੋੜੀ ਦੀਆਂ ਟੀਮਾਂ ਇਸ ਤੋਂ ਬਾਅਦ ਨੇੜੇ ਰਹਿਣਗੀਆਂ ਜੀ ਜੇ ਰਵੀ ਗਿੰਨੀ ਤੇ ਬਾਲ ਲਾਵੇ 500 ਪ੍ਰਦੀਪ ਧੰਦੀ ਵਾਲ ਵੱਲੋਂ ਨਾਲ ਹੀ ਉੱਧਰ ਪ੍ਰਦੀਪ ਧੰਦੀ ਵਾਲ ਕਹਿੰਦਾ ਵੀ ਜੇ ਰਵੀ ਗਿੰਨੀ ਤੇ ਬਾਲ ਲਾ ਦੇਵੇ ਇਹ ਆ ਮੱਲੇ ਵਾਲੀਆਂ ਰਿੰਕੂ ਤਗੜੀ ਬਾਲ ਲਾ ਕੇ ਬਈ ਤੇ ਮਾਨ ਜਿਹੜੇ 500 ਦੇ ਨਾਲ ਜੇ ਲਾਗੀ ਵੀਰੇ ਧਿਆਨ ਰੱਖਿਓ ਪ੍ਰਦੀਪ ਬੱਲੇ ਵਾਲੀ ਰਿੰਕੂ ਨੇ ਕਮਾਲ ਕਰਦੀ ਆ ਭੇਜ ਦਿਓ ਆਪਾਂ ਲਾਈਨ ਦੇ ਸਾਹਮਣੇ ਦੇ ਦਾਂਗੇ ਰਵੀ ਨੂੰ ਵੀਰੇ ਰਿੰਕੂ ਨੂੰ ਜ਼ੋਰਦਾਰ ਮਾਰ ਦਿਓ ਇਹ ਮੁੰਡੇ ਦੀ ਸਿਫਤਾਂ ਹੈ ਵੀ ਜਿਹੜੀ ਮਰਜ਼ੀ ਟੀਮ ਲਈ ਖੇਡੇ ਤੇ ਜ਼ੋਰ ਬਹੁਤ ਲਾਉਂਦਾ ਬੱਲੇ ਵਾਲੀਆ ਜਿਹੜੀ ਮਰਜ਼ੀ ਟੀਮ ਦੇ ਲਈ ਖੇਡੇ ਤੇ ਗੱਭਰੂ ਜ਼ੋਰ ਬੜਾ ਲਾਉਂਦਾ ਹੈ ਪਰ ਇਸ ਵਾਰ ਅੰਦਾਜ਼ੇ ਜਿਹੜੇ ਗਲਤ ਸਾਬਤ ਹੋ ਗਏ ਹੈ ਔਰ ਕਹਿੰਦੇ ਜੱਜਮੈਂਟ ਕੀਤੀ ਹੈ ਔਰ ਬਾਹਰ ਜਿਹੜੀ ਕਹਿੰਦਾ ਹੈ ਸਫਲਤਾ ਜਿਹੜੀ ਸਹਾਰਨਪੁਰ ਯੂਪੀ ਦੀ ਟੀਮ ਦੇ ਖਾਤੇ ਸਹਾਰਨਪੁਰ ਜੈਕਸਨ ਰਵੀ ਬਹਾਦਰਗੜ੍ਹ ਤੇ ਜੱਸਾ ਆਨੰਦਗੜ੍ਹ ਵੀਰੇ ਬਰੂ ਵਾਲੀ ਚ ਨਹੀਂ ਪਤਾ ਕੌਣ ਆ ਯਾਰ
ਬਰੂ ਵਾਲੀ 'ਚ ਬਾਹਰੋਂ ਨਹੀਂ ਪਤਾ ਵੀਰੇ, ਵੇਟ ਕਰੋ ਦੱਸਾਂਗੇ ਜੀ। ਛੋਟੂ ਮਾਜਰਾ ਨਹੀਂ ਆਇਆ ਵੀਰੇ, ਬਰੂ ਵਾਲੀ 'ਤੇ ਐਕਸ ਦੱਸਾਂਗੇ ਵੀਰੇ, ਲੱਗ ਜਾਣਾ ਪਤਾ ਜੀ। ਨਹੀਂ ਪਤਾ ਬਰੂ ਵਾਲੀ 'ਚ ਕੌਣ ਆ ਬਾਹਰੋਂ, ਰੋੜੀ 'ਚ ਜੌਂਟੀ ਅਤੇ ਲਾਡੀ ਖੇਡਣਗੇ ਬਈ ਵਾਲੀ ਵੀਰੇ। ਦੂਜੇ ਪਾਸੇ ਬਰੂ ਵਾਲੀ 'ਚ ਦੱਸਾਂਗੇ ਅਗਲਾ ਮੈਚ, ਸਾਰੇ ਮੈਚ ਹੀ ਤਕੜੇ ਲੱਗਣੇ ਆ ਬਈ ਯਾਰ। 12 ਟੀਮਾਂ ਦੋ ਵਾਰ ਹੋਣੀਆਂ ਅਨਵਾਈਟਡ ਹੀ ਐਂਟਰ। ਇਸ ਤੋਂ ਬਾਅਦ ਵੀ ਮੈਚ ਦੇ ਕੋਟੀ ਦੇ ਖੇਡੇ ਜਾਣਗੇ ਜਿੰਨੇ ਵੀ ਹੋਣਗੇ। ਮੱਲੇ ਵਾਲੀਆ ਮੱਲੇ ਵਾਲੀਆ ਆਊਟਾਂ ਦੇ ਰਿੰਕੂ ਕਰਦਾ ਟਰਾਈ ਖੇਡ ਦੇ ਮੈਦਾਨ ਦੇ ਵਿੱਚ ਵੀ ਫਿਲਾ ਖੇਡ ਇਸ਼ਕ ਦੀ ਬਾਜ਼ੀ ਹੈ, ਕਦੇ ਹਰ ਕੇ ਪੈ ਦੀ ਨਾ ਵਾਲੀ ਦਾ ਮੈਚ ਨਹੀਂ ਹੋਣਾ ਵੇ ਬਈ, ਜਿੱਤ ਵੀ ਜਾਂਦੇ ਨੇ ਤੇ ਖਿਡਾਰੀ ਦੇ ਸੱਜਣ ਜਿਹੜੇ ਅੱਜ ਬਈ ਫਿਲਾ ਖੇਡ ਇਸ਼ਕ ਦੀ ਬਾਜ਼ੀ ਹੈ, ਕਦੇ ਹਰ ਕੇ ਪੈ ਦੀ ਨਾ ਖਿਡਾਰੀ ਹੈ, ਆਹ ਜਿੱਤ ਵੀ ਜਾਂਦੇ ਨੇ ਤੇ ਖਿਡਾਰੀ ਹੈ ਹਰ ਵੀ ਜਾਂਦੇ ਨੇ ਹੈ। ਵੱਡਾ ਮੈਚ ਖੇਡਿਆ ਜਾ ਰਿਹਾ ਅੱਜ ਦੇ ਦਿਨ ਦਾ, ਆਓ ਬੱਲੇ ਜੱਸਾ ਆਇਆ ਵੀਰੇ, ਆਇਆ ਜੀ ਡਾਕਟਰ ਸੰਧੋਆ ਆਇਆ ਵੀਰੇ ਬਿਲਕੁਲ ਆਪਣੀ ਟੀਮ ਲੈ ਕੇ ਜੀ, ਪ੍ਰਿੰਸ ਆਇਆ ਵੀਰੇ ਡਾਕਟਰ ਸੰਧੋਆ ਆਪਦੀ ਟੀਮ ਲੈ ਕੇ ਆਇਆ ਜੀ, ਛੋਟੂ ਮਾਜਰਾ ਨਹੀਂ ਆਇਆ ਵੀਰੇ। ਜਵਾਕ ਜੇ ਬੈਠੀ ਸ਼ਾਸਤਰੀ ਨਹੀਂ ਆਇਆ ਵੀਰੇ, ਨਹੀਂ ਆਇਆ ਜੀ ਛੋਟੂ ਕੀ ਬਾਈ, ਪੱਕਾ ਨਹੀਂ ਪਤਾ ਆਏਗਾ ਜਾਂ ਨਾ ਆਏਗਾ ਬਾਈ। ਬਾਈ ਯਾਰ ਕੋਈ ਨਾ ਕੋਈ ਡਿਸੀਜਨ ਲਓ ਮੇਰਾ ਵੀਰ, ਬਣ ਕੇ ਕਮੇਟੀ ਵਾਲੇ ਵੀਰੇ ਦੇਖੋ ਕੀ ਰੌਲਾ। ਠੀਕ ਹੈ, ਲੈ ਵੀ ਰੈਫਰੀ ਦਾ ਫੈਸਲਾ ਹੀ ਆ ਜੀ, ਇਹਦੇ ਦੇਖੋ ਮੇਰਾ ਵੀਰ। ਸ਼ਾਸਤਰੀ ਨਹੀਂ ਆਇਆ ਬਾਈ, ਛੋਟੂ ਨਹੀਂ ਆਉਂਦਾ ਜੀ, ਰੁਕਣ ਵਾਲਾ ਹੀ ਪਤਾ ਨਹੀਂ ਕਮੈਂਟਾਂ ਦਾ ਕੀ ਚੱਕਰ ਆ, ਬੜਾ ਕੰਮ ਵਧਿਆ ਪਿਆ ਦੇਖੀ ਕਿਸੇ ਦਾ, ਬੈਠੇ ਆਰਾਮ ਨਾਲ ਕਮੈਂਟ ਪੜੀ ਜਾਣਾ, ਹੁਣ ਦੇਖੀਏ ਰੁਕੇ ਪਿਆ ਦੇਖੀਏ, ਇੱਕੋ ਹੀ ਆਇਆ ਵਾ ਜੀ, ਗੱਲ ਕਰੋ ਕੀ ਜਾਂਦਾ ਨਹੀਂ, ਐਂ ਟੱਪ ਜਾਂਦੇ ਸਾਰੇ ਆ। ਵਿਸ਼ਨੂੰ ਇਹ ਕਿਹੜਾ ਵਿਸ਼ਨੂੰ ਸ਼ੱਕ ਹੈ, ਮੈਂ ਤਾਂ ਪਲੇਅਰ ਹੀ ਨਹੀਂ ਵੀਰੇ ਜਾਣਦਾ ਯਾਰ। ਵਿਸ਼ਨੂੰ ਸ਼ੱਕ ਹੈ, ਮੈਂ ਕਿਹੜਾ ਰਵੀ ਦਾ ਕੱਚਾ ਨਾ ਆਇਆ ਵੀਰੇ, ਆਇਆ ਜੀ ਕਿੰਨੇ ਰਾਹੁਲ 5-6 ਲੈ ਵੀ, 5-6 ਦਾ ਮੁਕਾਬਲਾ ਹੈ, ਬਿਲਕੁਲ ਬਰਾਬਰੀ ਤੇ ਮੈਚ ਖੇਡਿਆ ਜਾ ਰਿਹਾ। 5-5 ਰਵੀ 6 ਰਿੰਕੂ, ਬਹੁਤ ਤਕੜਾ ਮੈਚ ਆ ਜੀ,
ਇਧਰਲੇ ਪਾਸੇ ਲਾਲੇ ਵਾਲੀ ਪਿੰਡ ਦਾ ਗਿੱਦੀ ਕਮਾਲ ਦਾ ਪੁਆਇੰਟ ਜੋੜ ਕੇ ਆਪਣੀ ਟੀਮ ਦੇ ਲਈ ਹੈ 6-5 ਦਾ ਮੁਕਾਬਲਾ ਹੈ। ਮੂਰਖਾਂ ਦਾ ਕੰਮ ਗੱਲ ਕਿਸੇ ਦੀ ਨਾ ਮੰਨਣੀ ਹੈ ਤੇ ਸਿਆਣੇ ਬੰਦੇ ਪਹਿਲਾਂ ਗੱਲ ਸੋਚਦੇ ਵਿਚਾਰਦੇ ਹੈ। ਆਓ ਕੰਮ ਮੂਰਖਾਂ ਦਾ ਗੱਲ ਗੱਲ ਤੇ ਹੱਸਣਾ ਤੇ ਮਰਦ ਗੁਲਾਮ ਕਦੇ ਬਣਦੇ ਨਹੀਂ ਨਾੜਦੇ ਹੈ। ਹੱਥੀ ਨਾ ਜਾਂ ਕਿਸੇ ਦੀ ਬੁੱਝਦੀ ਨਾ ਸੁੱਕੀ ਲੁੱਪੋ ਤੇ ਬਣ ਕੇ ਭਾਂਬੜ ਪੈਂਦੀ ਮਿਹਨਤ ਨਾ ਬੁੱਧੀ ਰਹਿੰਦੀ ਬੋਲਦੀ ਗਰਾਉਂਡਾਂ ਚ ਤੇ ਕਦੇ ਨਾ ਲੁਕਾਇਆ ਲੁਕੇ ਸੱਚ ਲੁਪੋ ਵਾਲਿਆ। ਮਿਹਨਤ ਨਾ ਬੁੱਧੀ ਰਹਿੰਦੀ ਬੋਲਦੀ ਗਰਾਉਂਡਾਂ ਚ ਤੇ ਕਦੇ ਨਾ ਲੁਕਾਇਆ ਆਓ ਲੁਕੇ ਸੱਚ ਲੁਪੋ ਵਾਲਿਆ। ਕਮਾਲ ਹੋ ਗਈ ਹੈ ਇਧਰਲੇ ਪਾਸੇ ਕਹਿੰਦੇ ਗਿੱਦੀ ਹੈ ਬਹੁਤ ਵਧੀਆ ਕੋਸ਼ਿਸ਼ ਕਰ ਰਿਹਾ ਖੇਡ ਦੇ ਮੈਦਾਨ ਚ ਨੰਬਰ ਜੋੜਨ ਦੇ ਲਈ ਵੱਡਾ ਮੈਚ ਖੇਡਿਆ ਜਾ ਰਿਹਾ। ਮੈਚ ਅੱਜ ਸਾਰੇ ਹੀ ਤਕੜੇ ਲੱਗਣੇ ਆ ਵਰਿੰਦਰ ਬਾਈ ਦਿਲ ਸਾਹਿਬ ਵਰਿੰਦਰ ਆਸਟ੍ਰੇਲੀਆ ਭੂਦਨ ਤੋਂ ਲਾਈਵ ਆ ਬਾਈ ਜਾਣਦਾ ਵਰਿੰਦਰ ਨੂੰ ਤੂੰ ਟੂਰਨਾਮੈਂਟ ਕਰਾਇਆ ਜਿਹੜਾ ਮੁੰਡਾ ਨਵਾਂ ਬੈਸਟ ਹੀ ਹੈ ਜਿੱਥੇ ਜਵਾਨੀ ਵੇਲੇ ਹੈਗਾ ਹੀ ਭੂਦਨ ਯਾਰ ਮੈਂ ਨਹੀਂ ਜੀ ਯਾਰ ਹੈਗਾ ਤਾਂ ਹੈਗਾ ਸੋਨੀ ਨੇ ਟੂਰਨਾਮੈਂਟ ਕਰਾਈ ਰੁੜਕੇ ਵਾਲੇ ਨੇ ਯਾਰ ਜਿੱਥੇ ਉਹ ਕਹਿੰਦਾ ਸੀ ਸਨਮਾਨ ਕਰਨਾ ਭੁੱਲ ਗਏ ਹੈਗਾ ਹੀ ਕੀ ਯਾਦ ਰਹਿੰਦਾ ਸੋਨੀ ਵਾਲੇ ਰੁੜਕੇ ਨੇ ਨਹੀਂ ਆਪਾਂ ਨੂੰ ਕਹਿੰਦਾ ਸੱਤ ਪੰਜ ਹੋ ਗਏ ਕਿ ਚੇਂਜ ਆ ਸੋਨੀ ਸ਼ਰਮਾ ਵਧੀਆ ਵੀਰੇ ਸੂਰਤੀਆ ਹਰਗੀ ਵੀਰੇ ਹਰਗੀ ਪਹਿਲਾਂ ਮੈਚ ਸੀ ਸੂਰਤੀਆ 7-5 ਹੋ ਗਏ ਵੀਰੇ 7 ਰਿੰਕੂ 5 ਰਵੀ 7-5 ਪਤਾ ਨਹੀਂ ਬਈ ਹੋਈ ਨਹੀਂ ਗੱਲ ਬਾਤ ਐਵੇਂ ਹੀ ਲੱਗਿਆ ਪੁੱਛ ਲੋ ਗਿਆ ਪੋਸਟਰ ਤੋਂ ਨੰਬਰ ਲੈ ਲਓ ਕੌਣ ਸਰ ਬਹੁਤ ਵਧੀਆ ਮੈਚ ਹੈ ਨਾਲ ਹੀ ਅਗਲਾ ਮੈਚ ਖੇਡਣ ਦੇ ਲਈ ਵੀਰੇ ਟੀਮਾਂ ਰੈਡੀ ਰਹਿਣਗੀਆਂ ਜੀ ਬਰੂ ਵਾਲੀ ਦਾ ਮੈਚ ਖੇਡਿਆ ਜਾਣਾ ਹੈ ਰੋੜੀ ਦੀ ਟੀਮ ਦੇ ਨਾਲ ਸਹਾਰਨਪੁਰ ਦੀ ਟੀਮ ਦੇ ਖਾਤੇ ਦੇ ਵਿੱਚ ਜਾਂ ਜੁੜ ਗਿਆ ਹੈ ਔਰ ਬਾਈ ਗਿੱਦੀ ਦੀ ਸੰਗਤ ਆ ਬਰੂ ਵਾਲੀ ਦਾ ਅਗਲਾ ਮੈਚ ਬਰੂ ਵਾਲੀ ਦਾ ਵੀਰੇ ਰੋੜੀ ਨਾਲ ਮੈਚ ਵਧੀਆ ਲੱਗਿਆ ਜੋਟੀ ਖੇਡਦਾ ਰੋੜੀ ਚ ਜੋਟੀ ਦੇ ਲਾਡੀ ਤੇ ਇੱਕ ਵਾਰੀ ਯਾਰ ਤਾਲੀ ਜ਼ਰੂਰ ਮਾਰ ਦੋ ਮੇਰਾ ਵੀਰ ਬਣ ਕੇ ਦੋਨੋਂ ਟੀਮਾਂ ਦੇ ਲਈ ਬਹੁਤ ਵਧੀਆ ਖੇਡ ਦਿਖਾ ਰਹੀਆਂ ਨੇ ਦੋਨੋਂ ਟੀਮਾਂ ਤੇ ਸਦਾ ਜਿੱਤਦੀ ਹੈ ਵਿਆਹੁਤ ਬੰਦੀ ਚੰਗ ਨੂੰ ਆਓ ਕੰਮੇ ਜਿੱਤਦੇ ਦੀ ਹੁੰਦੇ ਕਦੇ ਹਥਿਆਰ ਬਈ ਹੈ ਤੇ ਜਾਨਦਾਰ ਬੰਦਿਆਂ ਨਾਲ ਰਹਿੰਦੀਆਂ ਤਾਂ ਹੀ ਰਹਿੰਦੀ ਹੈ ਕਿਹੜੀ ਸਾਡੀ ਸ਼ਾਨਦਾਰ ਬਈ ਹੈ ਆਓ ਜਾਨਦਾਰ ਬੰਦਿਆਂ ਨਾਲ ਰਹਿੰਦੀਆਂ ਬਰਾਬਰੀ ਦੀ ਟੱਕਰ ਹੈ ਉਹ ਬਹਾਦਰ ਗੜੀਆ ਕਹਿੰਦੇ ਰਜੀ ਗਲਤੀ ਕਰ ਗਿਆ ਨਾ ਚਾਹੁੰਦਾ ਵੀ ਹੈ ਤੇ ਸਫਲਤਾ ਲਹਿੰਦੇ ਆਪਦੀ ਟੀਮ ਦੇ ਖਾਤੇ ਵਿੱਚ ਜਾ ਚੁੱਕ ਗਈ ਹੈ ਤੇ ਪਤਾ ਲੱਗਦਾ ਲੋਕਾਂ ਦੇ ਮਨ ਲੱਗਿਆ ਦਾ ਇਹ ਦੁਨੀਆਂ ਪੂਜਦੀ ਜੋੜਿਆਂ ਨੂੰ ਭੱਜਿਆ ਦਾ ਪੰਜੇ ਸ਼ੇਰਾਂ ਵਾਂਗ ਨਾਲ ਲੜਦੇ ਨੇ ਅੱਜ ਚਮਕੂ ਕੌਣ ਸਤਾਰਾਂ ਤੇ ਅੱਡੀ ਕੋਟੀ ਦਾ ਜੋਰ ਵੀ ਲੱਗਣਾ ਦੁਨੀਆਂ ਖੜ ਕੇ ਦੇਖੋ ਕੁੱਲ ਨਜ਼ਾਰਾ
ਆਊਟ ਬਾਲ ਹਰ ਨਾਲ ਉੱਪਰ ਰਾਮਗੜ੍ਹ ਸਿਵੀਆਂ ਦੀ ਧਰਤੀ ਤੇ ਰੌਣਕਾਂ ਜਿਹੜੀਆਂ ਲੱਗਣਗੀਆਂ 19 ਦਸੰਬਰ ਜਿਹੜੀ ਹੋਵੇਗੀ ਰਾਮਗੜ੍ਹ ਸਿਵੀਆਂ ਦੇ ਵੱਡੇ ਕੱਪ ਦੀ ਇੱਕ ਪੰਚਾਇਤੀ ਟੀਮਾਂ ਖੇਡਣਗੀਆਂ ਸਾਰੇ ਵੀਰ ਨੋਟ ਕਰ ਦੇਗੀ ਔਰ ਪ੍ਰਬੰਧਕ ਵੀਰ ਕਹਿੰਦੇ ਕੋਈ ਐਂਟਰੀ ਨੀ ਹੋਣੀ ਸਾਰੀਆਂ ਟੀਮਾਂ 12:30-12 ਵਜੇ ਤੱਕ ਆ ਜਾਣਗੀਆਂ ਤੇ 1 ਵਜੇ ਵੀਰ ਕਹਿੰਦੇ ਆਪਾਂ ਮੈਚ ਸ਼ੁਰੂ ਕਰਵਾ ਦੇਣੇ ਆ ਨਰੋਲ ਦਾ ਜਿਹੜਾ ਵੱਡਾ ਕਹਿਤਾ ਰਾਮਗੜ੍ਹ ਸਿਵੀਆਂ ਦੀ ਧਰਤੀ ਤੇ ਆ ਕਹਿੰਦੇ 19 ਦਸੰਬਰ ਨੂੰ ਪੇਚਾ ਵੱਡਾ ਪੈਣਾ ਹੈ ਪਰ ਅੱਜ ਕਹਿੰਦੇ ਰੋੜੀ ਦੀ ਧਰਤੀ ਆ ਆਹ ਮੁੰਡੇ ਕਹਿੰਦੇ ਲਹਿੰਗੇ ਵਾਲੀਆਂ ਨੇ ਸਾਈਡ ਚੇਂਜ ਕਰ ਦਿੱਤੀ ਹੈ ਲੈ ਵੀ ਕਿੰਨੇ ਆ 9-6 ਆ ਰਾਹੁਲ ਇੱਧਰ 9-6 ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਤਿੰਨਾਂ ਪੁਆਇੰਟਾਂ ਦਾ ਫਰਕ ਹੈ ਸਾਈਡਾਂ ਦਾ ਵੀ ਥੋੜਾ ਬਹੁਤ ਪਰ ਬਾਲ ਜਿਹੜੀ ਇਧਰਲੇ ਪਾਸੇ ਮੈਂ ਤੱਕ ਰਿਹਾ ਵੀ ਕਹਿੰਦਾ ਹੈ ਆਜ਼ਾਦੀਆਂ ਦਾ ਰੇਟ ਪੁੱਛਣਾ ਜਿੰਨੇ ਵੀ ਸਰਾਬੇ ਦੀ ਕਿਤਾਬ ਵੀ ਪੜ੍ਹੀ ਤੇ ਢਿੱਲੋ ਟਾਵੇ ਪੈਰ ਛੱਡਦੇ ਨਿਸ਼ਾਨ ਜਿੱਤਦੇ ਆ ਆਹ ਨਲੂਏ ਦੇ ਚੇਲੇ ਅਫਗਾਨ ਜਿੱਤਦੇ ਆ ਤੇ ਤਰੂਆਂ ਦੇ ਨਾਟਕੇ ਲਾਹੌਰ ਨੀ ਹੁੰਦੇ ਆ ਲਿਮਟਾਂ ਦੇ ਚੱਕੀਆਂ ਨਾ ਜਾਣ ਅਣਖਾਂ ਤੇ ਅਕਲਾਂ ਨੂੰ ਪੈਂਦੇ ਕਦੇ ਚੋਰ ਨੀ ਹੁੰਦੇ ਆਹ ਲਿਮਟਾਂ ਦੇ ਚੱਕੀਆਂ ਨਾ ਜਾਣ ਜਿੱਤਾਂ ਤੇ ਅਕਲਾਂ ਨੂੰ ਪੈਂਦੇ ਕਦੇ ਚੋਰ ਨੀ ਹੁੰਦੇ ਕੱਚੇ ਧਾਗੇ ਫਿਲਮ ਚ ਕੈਦੀ ਭੱਜੇ ਫਿਰਦੇ ਹੁੰਦੇ ਆ ਤੇ ਮੁੰਡੇ ਨਾਲ ਕਹਿੰਦੇ ਚੋਰ ਹੱਦੋਂ ਵੱਧ ਲੱਗਿਆ ਪਿਆ ਇੱਧਰ 7 ਤੇ ਉੱਧਰ 9 ਪੁਆਇੰਟਾਂ ਦਾ ਫਰਕ ਜਿਹੜਾ ਖੇਡ ਦੇ ਮੈਦਾਨ ਦੇ ਵਿੱਚ ਬਾਕੀ ਰਹਿੰਦਾ ਹੈ ਆ ਜੋ ਬਾਈ ਦੀ ਪਰੂ ਵਾਲੀ ਤੇ ਰੋੜੀ ਇਹ ਵੀ ਵੱਡਾ ਮੈਚ ਖੇਡਿਆ ਜਾਣਾ ਅੱਜ ਦੇ ਦਿਨ ਦਾ ਇਹ ਵੀ ਟੀਮਾਂ ਵੀਰੇ ਬਿਲਕੁਲ ਨੇੜੇ ਆ ਜਾਣ ਪਰੂ ਵਾਲੀ ਤੇ ਰੋੜੀ ਦੀ ਟੀਮ ਦਾ ਮੈਚ ਵੀ ਬੜਾ ਕਹਿੰਦੇ ਖੜਕੇ ਦਰਕੇ ਵਾਲਾ ਖੇਡਿਆ ਜਾਊਗਾ ਬਹਾਦਰ ਗੜੀਆ ਇਹ ਕਦਾ ਦੇ ਪਾਂਦੇ ਧੱਫੜ ਜਾ ਲੋਕੀ ਵੇਹਦੇ ਤੇਰੇ ਵੱਲੇ ਵੀ ਅੱਧੀ ਜਾਨ ਹੈ ਮੁੰਡੇ ਦੇ ਪਿੰਡੇ ਚ ਦੋਨਾਂ ਹੱਥਾਂ ਨਾਲ ਜੇ ਮੱਝ ਦਾ ਫੜ ਕੇ ਗਲ ਘੁੱਟਦੇ ਤੇ ਮੱਝ ਮਾਰਦੇ ਸੁਣਿਆ ਤੇ ਬਾਲ ਪਤਾ ਲੱਗ ਜਾਣਾ ਕੀ ਵਾਕਈ ਬਹਾਦਰ ਜਿਹੜੀਆਂ ਕਹਿੰਦੇ ਰਵੀ ਆਇਆ ਜਿਹੜੇ ਵੱਡੇ ਕੱਪ ਦੇ ਸਵਾਦ ਵੱਖਰਾ ਉਹ ਕਹਿੰਦੇ ਬਾਲਾ ਮੇਰੇ ਮਿੱਤਰੋਂ ਲੱਗ ਰਹੀਆਂ ਤੇ ਮੁੰਡੇ ਕਹਿੰਦੇ ਅੱਜ ਰਿੰਕੂ ਹੋਣੀ ਆ ਆਏ ਕਿਸੇ ਗੱਲ ਕਰਕੇ ਆ ਉਹ ਕਹਿੰਦੇ ਦੱਸ ਕੇ ਜਾਵਾਂਗੇ ਵੀ ਮਿਹਨਤ ਕਿੰਨੀ ਆ ਕਮਾਉਣ ਦਾ ਮੈਚ ਖੇਡਿਆ ਜਾ ਰਿਹਾ ਬਰਾਬਰੀ ਤੇ ਆ ਗਿਆ ਮੈਚ 8-9 ਦੀ ਟੱਕਰ ਕੋਸ਼ਿਸ਼ ਕੀਤੀ ਹੋਈ ਆ 17 ਪੁਆਇੰਟਾਂ ਦੇ ਮੈਚ ਹੋਣਗੇ ਸਾਰੇ ਦੇ ਸਾਰੇ ਇਕੱਲੀ ਅੱਖ ਖੜ ਗਈ ਹੁਣ ਤੇ ਕਿਸਮਤ ਆ ਕਹਿੰਦੇ ਗੋਬਾ ਦੇ ਗਈ ਹੈ ਬਾਲ ਪੱਟੀ ਤੋਂ ਪਿਛਾ ਮੁੜ ਗਈ ਹੈ 10ਵਾਂ ਜੁੜ ਗਿਆ ਇੱਧਰ
10 ਤੇ 9 ਦਾ ਮੁਕਾਬਲਾ ਹੈ। ਰੋੜੀ ਵਾਲੇ ਮੁੰਡੇ ਵੀ ਵਾਰਮ ਅਪ ਹੋ ਜਾਓ ਵੀਰ ਜੀ। ਰੋੜੀ ਤੇ ਬੜੂਵਾਲੀ ਦਾ ਮੈਚ ਖੇਡਿਆ ਜਾਣਾ ਹੈ। ਇਹ ਵੀ ਟੀਮਾਂ ਦੋਨੋਂ ਕਹਿੰਦੇ ਟਾਪ ਦੀਆਂ ਟੀਮਾਂ ਨੇ। ਅੱਜ ਬਈਆਲ ਦਾ ਜਲਟੀ ਦੇ ਨਾਲ ਲਾਡੀ ਆਏ ਪਰ ਸਾਹਮਣੇ ਹਾਂ ਆ ਗਿੰਨੀ ਦੇ ਬਾਅਦ ਲੱਗੀ। ਪ੍ਰਦੀਪ ਵੀਰੇ ਨੋਟ ਕਰ ਲਿਓ ਜੀ, ਗੂਗਲ ਪੇ ਕਰ ਦਿਓ, ਰਵੀ ਨੂੰ ਕੈਮਰੇ ਸਾਹਮਣੇ ਦੇ ਦੇਣਾ 500 ਆਪਾਂ ਬਈ, ਨੋਟ ਕਰ ਲਿਓ ਜੀ। ਪ੍ਰਦੀਪ ਧੰਦੀਵਾਲ, ਉਧਰ ਪ੍ਰਦੀਪ ਧੰਦੀਵਾਲ, ਬਰੂਵਾਲੀ ਦੱਸਾਂਗੇ ਬਾਹਰੋਂ ਕੌਣ ਆ ਵੀਰੇ ਅਗਲਾ ਮੈਚ। 500 ਰੁਪਈਆ ਲਾਇਆ ਵੀਰ ਨੇ ਗਿੰਨੀ ਦੇ ਬਾਅਦ ਦਾ ਅੰਦਰ, ਗਿੰਨੀ ਦੇ ਬਾਅਦ ਲੱਗੇ ਵੀਰੇ, ਪਾਣੀ ਪਹੁੰਚਦਾ ਕਰੋ ਜੀ। ਇੱਕ ਅੱਧੀ ਬਾਲਟੀ ਰੱਖ ਲਓ ਮੇਰਾ ਵੀਰ, ਮੇਰੀ ਬੇਨਤੀ ਹੈ। 11-9 ਸਕੋਰ ਹੋ ਗਏ ਵੀਰੇ, 11-9 ਜੀ, 11-9। ਟੂਰਨਾਮੈਂਟ 2 ਐਕਸ ਹੈ ਬਾਈ, 2 ਮਿੰਟ 5 ਮਿੰਟ ਪ੍ਰਦੀਪ ਬਾਈ ਹੈਗਾ ਲਾਈਵ ਤੇ ਤਾਂ ਭੇਜ ਦਿਓ ਵੀਰੇ, ਗੂਗਲ ਪੇ ਨੰਬਰ ਮੇਰਾ ਕੈਪਸ਼ਨ 'ਚ ਲਿਖਿਆ ਵਾ ਬਾਈ। ਮੈਚ ਇੱਧਰ ਹੋਣ ਦੇ ਹਲਾਣਾ, ਵਾਹ ਹੁਣ ਕਿਹੜਾ ਮੈਚ ਚੱਲਦਾ, ਐ ਨਹੀਂ ਕਿਹੜਾ ਹਲਾਣਾ, ਤੂੰ ਭਾਈ ਸਾਰੇ ਗੰਢੇ ਗੱਲ ਤੇ। ਬਰੂਵਾਲੀ ਦੀ ਟੀਮ ਨੇੜੇ ਆ ਜਾਓ ਮੇਰਾ ਵੀਰ, ਬਰੂਵਾਲੀ ਆਹ ਰੋੜੀ ਵਾਲੇ ਮੁੰਡੇ ਵੀ ਆਪਣੇ ਆਪ ਨੂੰ ਵਾਰਮ ਅਪ ਕਰ ਲਓ, ਕਹਿੰਦੇ ਜਿਹੜੇ ਖਿਡਾਰੀਆਂ ਨੇ ਖੇਡਣਾ ਹੈ। ਰੋੜੀ ਦੀ ਟੀਮ ਵੀ ਆਪਣੇ ਆਪ ਨੂੰ ਫਿਰ ਰੈਡੀ ਕਰ ਲਓ, ਬਹੁਤ ਟੌਪ ਮੈਚ ਵੀਰੇ ਸਹਾਰਨਪੁਰ ਤੇ ਲੈ ਕੇ ਵਾਲਾ ਵੀਰੇ, ਬਰੂਵਾਲੀ ਰੋੜੀ ਸਰਸਾ ਬਾਈ, ਬੰਦੇ ਦਾ ਇਹ ਨਹੀਂ ਰਿਪਲਾਈ ਮੁੜ ਕੇ, ਮੁਸ਼ਕਲ ਲੱਗਦਾ ਕੰਮ, ਕੀ ਉਹਦਾ ਦੇਖਣ ਅਟਕਾ ਵਿਚਾਰਾ। ਆਹੀ ਮੈਂ ਬੁਲਾਉਂਦਾ ਨਹੀਂ, ਪਰਲੇ ਪਾਸੇ ਐਕਸ ਰਿੰਕੂ ਤੇ ਗਿੰਨੀ ਨੇ ਵੀਰੇ, ਕੈਮਰੇ ਸਾਹਮਣੇ ਰਵੀ ਤੇ ਜੱਸਾ ਆਨੰਦਗੜ ਸਚਰ ਨਾਮ ਬੜੀ ਦੂਰੋਂ ਆਇਆ ਯੂਪੀ ਵਾਲਾ ਮੁੰਡਾ, ਇਹਦੇ ਲਈ ਵੀ ਯਾਰ ਤਾੜੀ ਮਾਰੋ ਜ਼ੋਰਦਾਰ, 3 ਪੁਆਇੰਟ ਲਗਾਤਾਰ ਜੋੜ ਗਿਆ ਮੁੰਡਾ ਆਪਣੀ ਟੀਮ ਦੇ ਲਈ। 14 ਹੋ ਗਏ, 13-9 ਜੌਂਟੀ ਹੈਗਾ ਵੀਰੇ ਅਗਲਾ ਮੈਂ, ਜੌਂਟੀ ਦਾ ਹੀ ਆ ਨਵਤੇਜ ਵੀਰੇ, ਆਹ ਮੈਂ ਤੇ 2-3 ਨੰਬਰ ਬਾਕੀ ਆ ਜੀ, ਅਗਲਾ ਮੈਂ ਜੌਂਟੀ ਦਾ ਹੀ ਆ, ਜੌਂਟੀ ਦੇ ਲਾਡੀ ਖੇਡਣਗੇ ਰੋੜੀ ਚ ਵੀਰੇ। ਛੋਟੂ ਨੀ ਆਇਆ ਵੀਰੇ, ਛੋਟੂ ਉਧਰੋਂ ਲੇਟ ਹੋ ਗਿਆ ਹੋਣਾ। ਉਹ ਬਹਾਦਰ ਗੜੀਆ, ਰਵੀ ਬਹਾਦਰ ਗੜੀਆ ਨੇ ਆ ਤੇ ਕਮਾਲ ਕਰ ਦਿੱਤੀ ਹੈ, ਬੜੀ ਕਹਿੰਦੇ ਜਾਨ ਹੁੰਦੀ ਮੁੰਡੇ ਦੀਆਂ ਬਾਲਾਂ ਦੇ ਵਿੱਚ, ਨੰਬਰ 14 ਜੋੜ ਕੇ ਆਪਣੀ ਟੀਮ ਦੇ ਲਈ। ਐਵੀ ਰਿੰਕੂ ਕੈ ਗੱਡੀ ਨੂੰ ਵੀ ਬਾਲਾਂ ਮੋੜਨੀਆਂ ਪੈਣਗੀਆਂ ਬਹਾਦਰ ਗੜੀਆਂ ਦੀਆਂ, ਉਹ ਕੁਝ ਨਾ ਕੁਝ ਤੇ ਹੁਣ ਵੱਖਰਾ ਕਰਨਾ ਪਊਗਾ। ਨੰਬਰ 1 ਹੋਰ ਜੋੜ ਗਿਆ,
ਆਵੇ ਚੋਬਰਾਂ ਮੈਨੂੰ ਰੀਸਾਂ ਦੇਣੀਆਂ ਧੰਨ ਧੰਨ ਜਿਹੜੀ ਚੌਦਾਂ ਦਿੱਤੀ ਹੈ ਤੇ ਜਿਹੜੇ ਨੇ ਕੱਲ ਤੈਨੂੰ ਵੀਡੀਓ ਭੇਜੀ ਸੀ ਉਹਨੂੰ ਆ ਦਿਖਾ ਦੀ ਸੋਹਣਾ ਵੀਰਾ ਕੱਟ ਕੇ ਭੇਜ ਦਾਂਗੇ ਉਹ ਗੱਲਬਾਤ ਕਹਿੰਦੇ ਵੱਡੀ ਆ ਨੰਬਰ 15 ਹੋ ਗਿਆ ਖੇਡ ਦੇ ਮੈਦਾਨ ਦੇ ਵਿੱਚ ਸੋਹਣੇ ਦੀ ਕਹਿੰਦੇ ਤਿਆਰੀ ਕੀਤੀ ਹੋਈ ਹੈ ਨੰਦਗੜ ਵਾਲਾ ਜੱਸਾ ਕੋਸ਼ਿਸ਼ ਕਰਦਾ ਉਹ ਕਹਿੰਦੇ ਚੋਟੀ ਦਾ ਮੈਚ ਹੈ ਪਰ ਸਾਹਮਣੇ ਬਾਲ ਆਊਟ ਰਿੰਕੂ ਹੁਣ ਤਗੜਾ ਹੋਗਾ ਪਾਣੀ ਮੈਨੂੰ ਸਿਰ ਤੋਂ ਲੰਘਦਾ ਲੱਗਦਾ ਉਹ ਮੁੰਡਿਆਂ ਦੀ ਅੱਖ ਅੱਜ ਫਾਈਨਲ ਤੇ ਆ ਬੜੀ ਦੂਰੋਂ ਆਏ ਤੇ ਥੱਲਣੇ ਪੈਣਗੇ ਉਹ ਥੱਲਣੇ ਪੈਣਗੇ ਵੀ ਵਿੱਚ ਗਹਿਰੇ ਝੱਲਾਂ ਦੇ ਬੱਬਰ ਸ਼ੇਰ ਨੀ ਰਹਿੰਦੇ ਕੁੱਝੇ ਤੇ ਕੌਣ ਥੱਲੇ ਤੂਫਾਨਾਂ ਨੂੰ ਬਈ ਸਾਗਰ ਵਿੱਚ ਨਹੀਂ ਪੈਂਦੇ ਕੁੱਝੇ ਕੌਣ ਥੱਲੇ ਤੂਫਾਨਾਂ ਨੂੰ ਉਹ ਸਾਗਰ ਵਿੱਚ ਨਹੀਂ ਪੈਂਦੇ ਕੁੱਝੇ ਬਹਾਦਰਗੜੀਆ ਰਵੀ ਉਹ ਕੋਸ਼ਿਸ਼ ਤੇ ਕਹਿੰਦੇ ਕਰਦਾ ਖੇਡ ਦੇ ਮੈਦਾਨ ਦੇ ਵਿੱਚ ਪਰ ਗਲਤੀ ਕਰ ਗਏ ਮੁੰਡੇ ਸਰਵਿਸ ਫਿਰ ਚੇਂਜ ਹੈ ਬਰੂ ਵਾਲੀ ਦੀ ਟੀਮ ਤੇ ਰੋੜੀ ਵਾਲੇ ਮੁੰਡੇ ਆ ਚੱਲਦੇ ਮੈਚ ਤੋਂ ਪਹਿਲਾਂ ਮੇਰੇ ਗਰਾਊਂਡ ਦੇ ਨੇੜੇ ਹੋਣੇ ਚਾਹੀਦੇ ਆ ਸੋ ਮੇਰਾ ਵੀਰ ਬਣ ਕੇ ਜ਼ਰੂਰ ਧਿਆਨ ਰੱਖੋ ਜੀ ਇਹਦੇ ਵਕਤ ਫੈਸਲੇ ਕਰੂਗਾ ਮੈਚ ਤੇ ਇੱਥੋਂ ਵੀ ਜਿੱਤਿਆ ਜਾ ਸਕਦਾ ਮੱਲੇ ਵਾਲੀ ਆ ਉਹ ਥੋੜਾ ਹਿੰਮਤ ਦੇ ਨਾਲ ਹੌਸਲੇ ਦੇ ਨਾਲ ਜ਼ੋਰ ਦੇ ਨਾਲ ਮੈਚ ਜਿੱਤਿਆ ਜਾਣਾ ਹੈ ਪਰ ਬਹਾਦਰਗੜੀਏ ਤੋਂ ਥੋੜਾ ਹੁਣ ਆਸਾ ਪਾਸਾ ਕਰਨਾ ਪਊਗਾ ਨਹੀਂ ਤੇ ਜਿਹੜਾ ਇਹਦੇ ਝਾਫੇ 'ਚ ਆ ਗਿਆ ਤੇ ਸਮਝ ਲਓ ਮਾਂਝਿਆ ਗਿਆ ਉਹ ਜਿਹੜਾ ਰਵੀ ਦੇ ਝਾਫੇ 'ਚ ਆ ਗਿਆ ਤੇ ਭੜਾਕਾ ਕਹਿੰਦੇ ਵੱਡਾ ਪੈਣਾ ਹੈ ਲਾਸਟ ਨੰਬਰ ਹੈ ਇੱਕ ਪੁਆਇੰਟ ਦੀ ਖੇਡ ਬਾਕੀ ਹੈ ਮੈਚ ਕਹਿੰਦੇ ਚੋਟੀ ਦਾ ਉਹ ਖੇਡ ਦੇ ਮੈਦਾਨ ਦੇ ਵਿੱਚ ਉੱਧਰ ਲਹਿੰਗੇ ਵਾਲੀ ਹੈ ਮੁੰਡੇ ਦੀ ਸਫਲਤਾ ਜਿਹੜੀ ਲਹਿੰਗੇ ਵਾਲੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਈ ਹੈ ਰੋਡੀ ਵਾਲੇ ਮੁੰਡੇ ਤੇ ਬਰੂ ਵਾਲੀ ਇਹ ਵੀ ਮੈਚ ਬਹੁਤ ਟੌਪ ਦਾ ਖੇਡਿਆ ਜਾਊਗਾ ਟੀਮਾਂ ਬਿਲਕੁਲ ਨੇੜੇ ਆ ਜਾਣ ਜੀ ਪ੍ਰਾਈਜ਼ 31,000 ਆ ਫਸਟ ਪ੍ਰਾਈਜ਼ ਵੀਰੇ ਬੈਸਟ ਨੂੰ ਵਾਸ਼ਿੰਗ ਮਸ਼ੀਨ ਵਾਸ਼ਿੰਗ ਮਸ਼ੀਨ ਨਹੀਂ ਵਾਸ਼ਿੰਗ ਮਸ਼ੀਨ ਜ਼ਿਆਦਾ ਨਹੀਂ ਛੱਡੀ ਤਾਂ ਫਿਰ ਸਾਰਪੁਰ ਦਾ ਨੈੱਟ ਵੀਰੇ ਸ਼ਿਵਮ ਆ ਜੀ ਸ਼ਿਵਮ ਸ਼ਿਵਮ ਉਹ ਭਈਆ ਜੇ ਚੱਕ ਲੱਗ
ਪੂਨਾ ਲਦਾਣਾ ਜੀ ਠੀਕ ਹੋ? ਸਤਿ ਸ਼੍ਰੀ ਅਕਾਲ ਜੀ ਜੈਕੀ ਹਡੋਲੀ ਜੀ, ਕਿਵੇਂ ਹੋ ਜੈਕੀ? ਦੁਨੀਆਂ ਦੇ ਵਿੱਚ ਸਿੱਕਾ ਚੱਲਦਾ ਹਰੌਲੀ ਵਾਲਾ, ਕਹਿੰਦੇ ਜੈਕੀ ਵੀ ਲਾਈ ਪਈ ਹੈ। ਹਾਂਜੀ ਜੈਕੀ ਉਹ ਸੁਣਿਆ ਵੀ ਰਾਜਦੇ ਆਹ ਰੌਣਕਾਂ ਤੇਰੇ ਪਿੰਡਾਂ ਵੱਲੋਂ ਲੱਗੀਆਂ ਹੋਈਆਂ, ਪੜਾਕੇ ਪਈ ਆਉਂਦੇ ਹੈ ਅੱਜ ਦੇ। ਕਦੋਂ ਸੱਦੀਆਂ 12 ਟੀਮਾਂ ਦੇ ਮੈਚ ਕਰਵਾਏ ਜਾ ਰਹੇ ਹੈ ਔਰ ਦੂਜਾ ਮੈਚ ਚੱਲ ਰਿਹਾ ਹੈ। 10 ਨੰਬਰਾਂ ਲੈ ਗਿਆ ਦੀ ਟੀਮ ਦੇ ਤੇ 15 ਪੁਆਇੰਟ ਜਿਹੜੇ ਇਧਰਲੇ ਪਾਸੇ, 16 ਪੁਆਇੰਟ ਜਿਹੜੇ ਸਹਾਰਨਪੁਰ ਦੀ ਟੀਮ ਦੇ ਆ। ਬਹਾਦਰ ਗੜੀਆ ਰਵੀ ਖੇਡਦਾ ਹੈ ਔਰ ਨੰਦਗੜ੍ਹ ਦੇ ਕਹਿੰਦੇ ਜੱਸੇ ਦੀ ਚਰਚਾ ਹੁੰਦੀ ਹੈ। ਚੋਟੀ ਦਾ ਮੈਚ ਖੇਡਦੇ ਮੈਦਾਨ 'ਚ ਆਪਾਂ ਦੇਖ ਰਹੇ ਹਾਂ। ਇਸ ਤੋਂ ਬਾਅਦ ਬਰੂ ਵਾਲੀ ਤੇ ਰੋੜੀ ਦੀ ਟੀਮ ਕਿਰਪਾ ਕਰਕੇ ਨੇੜੇ ਆ ਗਏ ਹੈ। ਸਹਾਰਨਪੁਰ ਦਾ ਲਾਸਟ ਪੁਆਇੰਟ ਆ ਜੀ, ਰਵੀ ਦਾ ਲਾਸਟ ਪੁਆਇੰਟ ਆ ਵੀਰੇ। ਜੱਸਾ ਰੈਸਰ ਆਇਆ ਵੀਰੇ, ਬਿਲਕੁਲ ਆਇਆ ਜੀ। ਜਿੰਦਰ ਸੋਈ ਵਧੀਆ ਵੀਰੇ, ਬਾਰੇਗਾ ਨਹੀਂ ਆਈ ਜੀ। ਖੜਵਾਲੀ 'ਚ ਜੀਤਾ ਬਾਲੋਟ ਤੇ ਭੋਲੂ ਦਾਦਰੀ ਖੇਡਣਗੇ ਵੀਰੇ। ਖੜਵਾਲੀ 'ਚ ਜੀਤਾ ਬਾਲੋਟ ਤੇ ਭੋਲੂ ਦਾਦਰੀ ਜੱਸਾ ਰੈਸਰ ਆਇਆ ਜੀ। ਲਾਡੀ ਸ਼ਰਮਾ ਸਤਿ ਸ਼੍ਰੀ ਅਕਾਲ ਜੀ। ਉਧਰ ਜਿੰਨੇ ਵੀ ਭਰਾ ਲਾਈ ਤੇ ਸਾਰੇ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਭਰਾਵਾਂ ਨੇ ਅੱਜ ਦੇ ਇਸ ਖੇਡ ਟੂਰਨਾਮੈਂਟ ਦੇ ਵਿੱਚ ਰੌਣਕ ਲਾ ਚੁੱਕੇ। ਆਸੇ ਪਾਸੇ ਬੈਠੇ ਦਰਸ਼ਕ ਵੀਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਔਰ ਜਿੰਨੇ ਵੀ ਖਿਡਾਰੀ ਵੀਰ ਆਏ ਆ ਸਾਰੇ ਵੀਰਾਂ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਆ ਤਾਂ ਮੈਚ ਬਾਅਦ ਚੋਟੀ ਦਾ ਖੇਡਿਆ ਜਾ ਰਿਹਾ ਹੈ ਬੱਲੇ ਵਾਲੀ ਆ ਔਰ ਕਹਿੰਦੇ ਗਿੱਲੀ ਨੂੰ ਵੀ ਇੱਕ ਅੱਧਾ ਪੁਆਇੰਟ ਤੇ ਹੁਣ ਜੋੜਨਾ ਪਊਗਾ ਵੀ ਆਪਾਂ ਨੂੰ ਮਾਣ ਕਰਕੇ ਸੱਦਿਆ ਤੇ ਮਾਣ ਫਿਰ ਰੱਖਣਾ ਵੀ ਪਊਗਾ। ਔਰ ਖੇਡਦੇ ਮੈਦਾਨ 'ਚ ਕਹਿੰਦੇ ਗੱਭਰੂ ਕੋਸ਼ਿਸ਼ ਤੇ ਕਰ ਰਹੇ ਨੇ ਵੀ ਪਹਿਲਾਂ ਖੇਡ ਇਸ਼ਕ ਦੀ ਬਾਜ਼ੀ ਹੈ ਕਦੇ ਹਰ ਕੇ ਬਹਿ ਦੀ ਨਾ ਖਿਡਾਰੀ ਜਿੱਤ ਵੀ ਜਾਂਦੇ ਨੇ ਤੇ ਖਿਡਾਰੀ ਹਰ ਵੀ ਜਾਂਦੇ ਨੇ। ਔਰ ਪਹਿਲਾਂ ਔਰ ਕਦੇ ਮੱਲੇ ਵਾਲੀ ਰਿੰਕੂ ਨੇ ਧੰਨ ਧੰਨ ਕਰਵਾ ਦਿੱਤੀ ਹੈ। ਉਧਰ ਵੱਡਾ ਧੰਨਵਾਦ ਮੈਂ ਕਰਾਂਗਾ ਸਾਡਾ ਵੱਡਾ ਭਰਾ ਸਾਡੀ ਜ਼ਿੰਦਗੀ ਦਾ ਮਾਣ ਹੈ ਭਲਾਈ ਵਾਲਾ ਕਹਿੰਦੇ ਬਿੰਦੀ ਵੀ ਪੁੱਜ ਗਿਆ ਹੈ ਉਹ ਵੀਰ ਦਾ ਵੀ ਆਪਾਂ ਦਿਲੋਂ ਧੰਨਵਾਦ ਕਰਾਂਗੇ। ਬੁਰਜ ਭਲਾਈ ਵਾਲਾ ਬਿੰਦੀ ਵੀ ਆਇਆ ਹੋਇਆ ਹੈ ਅੱਜ ਦੇ ਉਸਕੇ ਟੂਰਨਾਮੈਂਟ ਦੇ ਵਿੱਚ ਪਰ ਨੱਲੇ ਵਾਲੀਆਂ ਔਰ ਇੱਕ ਦੋ ਪੁਆਇੰਟ ਹੋਰ ਜੁੜ ਗਏ ਦੇ ਕੰਮ ਨੇੜੇ ਤੇੜੇ ਹੋ ਗਿਆ ਵੀ ਬਾਈ ਇਹ ਮੈਚ ਵਧੀਆ ਲੱਗ ਰਿਹਾ ਹੈ। ਇੱਕ ਵਾਰੀ ਯਾਰ ਦੋਨਾਂ ਟੀਮਾਂ ਲਈ ਹੀ ਤਾੜੀ ਜ਼ੋਰਦਾਰ ਮਾਰ ਦਿਓ ਔਰ ਕਦੇ ਦੁਨੀਆਂ ਜੁੜ ਬੈਠੀ ਬੰਦੇ ਕੱਪ ਦੇ ਨਾਲ ਤੇ ਬੱਲੇ ਵਾਲੀ ਆ ਪੱਟੀ ਕੋਈ ਹੁਣ ਤੈਨੂੰ ਤੋੜਨੀ ਪੈਣੀ ਆ ਆ ਗਿਆ ਫੇਰ ਆ ਬੱਲੇ ਇੱਥੇ ਰੱਖ ਅੱਜ ਦੇ ਕਵੇ ਛਾਇਆ ਹੋਇਆ ਅੱਜ ਦੇ ਕਵੇ ਲੋਕਾਂ ਦੀ ਕੱਲੀ ਕੱਲੀ ਅੱਖ ਜਿਹੜੀ ਰਿੰਕੂ ਤੇ ਆ ਉਹ ਨੰਬਰ ਮੁੰਡਾ ਜੋੜ ਗਿਆ ਹੈ 10 ਵੀ ਨਿਸ਼ਾਨ ਉਹੀ ਟੀਮ 12 ਬਾਰਾਂ ਤੇ 16 ਬਾਰਾਂ ਤੇ 16 ਆਇਓ ਮੇਰਿਆ ਰੱਬਾ 12 ਤੇ 13 ਜੇ ਹੋਵੇ
ਤੇ 13 ਤੇ 14 ਵੀ ਹੋ ਜਾਣਗੇ ਤੇ ਜੇ 14 ਤੇ 15 ਹੋਵੇ ਫਿਰ ਆਪਾਂ ਨੂੰ ਕੀ ਹੈ ਆਪਾਂ ਦੇ ਇਹ ਸਵਾਦ ਲੈਣਾ ਜੈ ਰੋੜੀ ਦੇ ਵੱਡੇ ਕੱਪਦੇ ਆ ਵੱਡੀਆਂ ਟੀਮਾਂ ਵੀ ਵੱਡੀ ਟੱਕਰ ਆ ਨੰਬਰ ਬੱਲੇ 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 ਰੱਬ ਉੱਤੇ ਤੇ ਧਰਤੀ ਕਦੇ ਥੱਲੇ ਔਰ ਸਵਾਦ ਵੱਖਰਾ ਵਾਹ ਬਾਈ ਵਾਹ ਕਿੰਨੇ ਹੋ ਗਏ ਬਾਈ 13 13-16 ਕਰੀ ਹੈ ਔਰ ਜਿਹੜੇ ਕਹਿੰਦੇ ਬਈ ਨਾ ਇੱਧਰ ਵੱਡੇ ਵੱਡੇ ਮੱਲ ਖੜੇ ਮੁੰਡੇ ਚੇਂਜ ਕਰਨਗੇ 13-16 ਜ਼ੋਰਦਾਰ ਮੇਰਾ ਵੀਰ ਬੜਾ ਵੱਡਾ ਮੈਚ ਹੈ ਔਰ ਜਿਹੜੇ ਕਹਿੰਦੇ ਜਿਹੜੀ ਮਰਜ਼ੀ ਜਿੱਤ ਗਏ ਤੇ ਬਾਈ ਸਵਾਦ ਆਉਣਾ ਚਾਹੀਦਾ ਹੋਰ ਇੱਕ ਤਾਰੀ ਉਹ ਜ਼ੋਰਦਾਰ ਮਾਰ ਦੋ ਮੇਰਾ ਵੀਰ ਬਣ ਕੇ ਕਮਾਲ ਆ ਉਹ 13 ਤੇ 16 ਦਾ ਕਹਿੰਦੇ 3 ਪੁਆਇੰਟਾਂ ਦਾ ਵੱਡਾ ਫਰਕ ਹੈ ਬਹੁਤ ਤਕੜਾ ਮੈਂ ਵੀਰੇ 13-16 ਦੀ ਸ਼ੇਅਰ ਕਰ ਦਿਓ ਸਾਰੇ ਭਰਾ ਬਾਈ ਜੱਸਾ ਚੈਣਿਆਲ ਜਵਰੇ ਓਏ ਨੰਬਰ 14-16 ਵੀਰੇ 14-16 ਯੂਪੀ ਦੇ ਰਵੀ ਤੇ ਜੱਸਾ ਨਗਰਣ ਕੈਮਰੇ ਸਾਹਮਣੇ ਵੀਰੇ ਆਰਡਰ 14-16 ਨੰਬਰ ਹੈ ਲੰਗਿਆਲ ਦੀ ਟੀਮ ਕਹਿੰਦੇ ਨਾ ਪਿੰਡਾਂ ਦੀ ਟੀਮ ਹੈ ਔਰ ਕਹਿੰਦੇ ਮੱਲਿਆਂ ਲਈ ਰਿੰਕੂ ਨੇ ਧਰ ਧਰ ਕਰਵਾ ਦਿੱਤੀ ਹੈ ਤੇ ਜਿੰਨਾਂ ਨੂੰ ਰਿੰਕੂ ਦੀ ਖੇਡ ਚ ਦਮ ਲੱਗਿਆ ਇੱਕ ਵਾਰੀ ਰਿੰਕੂ ਦੀ ਤਾੜੀ ਜ਼ੋਰਦਾਰ ਮਾਰ ਦੋ ਮੇਰਾ ਵੀਰ 14-16 ਬਰੇ ਕਰੀ ਚਲੋ ਸ਼ੇਰ ਨੰਬਰ 15 ਏ ਸਾਹਮਣੇ ਬੱਲੇ 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 ਰੱਬ ਤੇ ਓਏ ਇਹ ਆ ਜੱਸਾ ਨੰਦਗੜ ਤਗੜੀ ਬਾਲ ਲਾ ਗਿਆ ਜੱਸਾ ਨੰਦਗੜ ਇੱਕੋ ਜਣਾਣਿਆਂ ਚ ਦੱਸਦਿਆਂ ਕੌਣ ਆ ਵੀਰੇ ਵੇਟ ਕਰੋ ਜੀ ਬਾਕੀ ਮੋੜ ਕੇ ਜੇਬ ਚ ਪਾਲਾ ਇੱਕੋ 13 ਲੱਖ ਵਰਗਾ ਬਾਕੀ ਮੋੜ ਕੇ ਜੇਬ ਚ ਪਾਲਾ ਹੈ ਲਾਸਟ ਨੰਬਰ 1% ਹੈ ਔਰ ਸਾਹਮਣੇ ਕਹਿੰਦੇ ਕਮਾਲ ਹੋਈ ਪਈ ਹੈ ਵੱਡਾ ਮੈਚ ਹੈ ਬਹੁਤ ਚੋਟੀ ਦਾ ਮੈਚ ਹੈ 1 ਪੁਆਇੰਟ ਜੇ ਜੁੜ ਗਿਆ ਤੇ ਕਹਿੰਦੇ ਜਿੱਤ ਜਾਣਗੇ ਮੁੰਡੇ ਤੇ ਜੇ ਚੇਂਜ ਹੋ ਗਈ ਹੈ ਤੇ ਫੇਰ ਮੇਰੇ ਮਿੱਤਰੋ ਮੈਂ ਲਾਸਟ ਪੁਆਇੰਟ ਹੈ ਕੌਣ ਜੋੜਦਾ ਆਪਣੀ ਟੀਮ ਦੇ ਲਈ ਵੀ ਕੌਣ ਕੌਣ ਤੇ ਕੌਣ 16-14 ਪਿੱਛੇ ਬਾਹਰ ਕਈ ਮਿੱਤਰਾਂ ਨੂੰ ਸਭ ਖਬਰਾਂ 16 ਲਾਸਟ ਹੈ ਇੱਕ ਪਾਰ ਵੀ ਖੇਡ ਬਾਕੀ ਹੈ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਦੁਨੀਆਂ ਵੀ ਮੈਨੂੰ ਐ ਕਿਉਂ ਲੱਗਦਾ ਕੁਝ ਵੀ ਹੋ ਸਕਦਾ ਤੇ ਜ਼ੁਬਾਨ ਦੇ ਵਿੱਚ ਕੁਝ ਵੀ ਹੋ ਸਕਦਾ ਤੇ ਹਾਲ ਤੇ ਯਾਰ 14-16 ਚੇਂਜ ਵਾਹ ਬਈ ਵਾਹ 14-16 ਜੇ ਲੈ ਕੇ ਆਈਏ ਮੁੰਡੇ ਜਿੱਤ ਗਏ ਤੇ
ਬੱਲੇ ਵਾਲੀਏ ਰਿੰਕੂ ਦਾ ਸਨਮਾਨ, ਚਾਂਦੀ ਵੀ ਚੈਨ ਨਾਲ ਕੀਤਾ ਜਾਊਗਾ, ਤਾੜੀ ਮਾਰਦਾ ਜ਼ੋਰਦਾਰ ਉੱਤੋਂ ਦਾ ਚਾਂਦੀ ਵੀ ਚੈਨ ਵਾਲੇ ਬਾਲ ਆਊਗਾ, ਪਰ ਬਾਲ ਬਾਬੇ ਕੋਲੇ ਆਉਣੀ ਚਾਹੀਦੀ ਆ। ਸਾਰੀਆਂ ਟੀਮਾਂ ਦੇ ਵੀਰੇ ਓਏ ਨੇਪਾਲ ਆਓ ਜਿੱਤ ਗਈ ਵੀਰੇ ਸਹਾਰਨਪੁਰ। ਚੰਗਾ ਲੱਗਿਆ ਤੇ ਤਾਰੀ ਦੋਨਾਂ ਟੀਮਾਂ ਲਈ ਜ਼ੋਰਦਾਰ ਮਾਰ ਦੇ ਮੇਰੇ ਭਰਾ ਬਣ ਕੇ, ਬਹੁਤ ਵੱਡਾ ਮੈਚ ਖੇਡਿਆ ਗਿਆ। ਚੱਲਦੇ ਫਿਰ ਮੈਚ ਦੇ ਵਿੱਚੋਂ ਟੀਮ ਜਿਹੜੀ ਜੇਤੂ ਰਹੀ ਹੈ ਸਹਾਰਨਪੁਰ ਦੀ। ਇੱਕ ਰਣਾ ਮੈਚ ਕਰਾ ਦਿਓ ਅੱਗੇ ਸ਼ਿਵਮ, ਮੈਚ ਕਰਵਾ ਦਿਓ ਮੇਰਾ ਵੀਰ ਬਣ ਕੇ। ਸਹਾਰਨਪੁਰ ਜਿੱਤ ਗਈ ਵੀਰੇ, ਟੀਮ ਆ ਗਈ ਹੈ ਬਹੁਤ ਤਕੜਾ ਮੈਚ ਲੱਗਿਆ ਸਹਾਰਨਪੁਰ ਜਿੱਤ ਗਿਆ ਵੀਰੇ। ਜਾਂਦਾ ਅੱਗੇ ਨੂੰ ਅੱਜ ਮਰੂ ਵਾਲੀ ਤੇ ਰੋੜੀ ਵੀਰੇ, ਰੋੜੀ ਚ ਚੌਂਟੀ ਹੈ ਨਾਲ ਲਾਡੀ ਬਈਏਵਾਲ।